ਆ ਵੇਖੋ ਫੋਟੋਆਂ ਦੇ ਸ਼ੌਕੀਨ ਚੋਰ ਲੈ ਗਏ ਕੈਮਰਾ ਖੋਕੇ। ਵੇਖੋ ਕਿਵੇਂ ਭੰਨਤੀ ਫੋਟੋਗ੍ਰਾਫਰ ਦੀ ਕਾਰ, ਤਾਂ ਹੁਣ ਤਾਂ ਚੋਰਾਂ ਨੇ ਹੱਦ ਹੀ ਕਰ ਦਿੱਤੀ। ਜਿੱਥੇ ਚੋਰ ਅਕਸਰ ਪੈਸਿਆਂ ਅਤੇ ਗਹਿਣਿਆਂ ਦੀ ਲੁੱਟ ਕਰਦੇ ਤਾਂ ਸੁਣੇ ਹੋਣਗੇ, ਪਰ ਇਹ ਚੋਰ ਤਾਂ ਫੋਟੋਆਂ ਦੇ ਸ਼ੌਕੀਨ ਸੀ। ਜਿੱਥੇ ਇਹਨਾਂ ਦੇ ਵੱਲੋਂ ਫੋਟੋਗ੍ਰਾਫਰ ਦੀ ਕਾਰ ਦੇ ਉੱਤੇ ਹਮਲਾ ਕਰਕੇ ਉਸਦਾ ਕੈਮਰਾ ਹੀ ਲੁੱਟ ਲਿਆ ਗਿਆ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਪੁਲਿਸ ਹੁਣ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸਦੀ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਬੀਤੀ ਰਾਤ ਚੋਰਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ ਇਹ ਫੋਟੋਗ੍ਰਾਫਰ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕੁਝ ਸਕੂਟੀ ਸਵਾਰ ਲੁਟੇਰੇ ਆਉਂਦੇ ਨੇ ਤੇ ਇਹਨਾਂ ਦੀ ਕਾਰ ਦੇ ਸ਼ੀਸ਼ੇ ਭੰਨ ਦਿੰਦੇ ਨੇ ਤੇ ਹਮਲਾ ਕਰ ਦਿੰਦੇ ਨੇ ਇਹਨਾਂ ਦੇ ਉੱਤੇ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਫੋਟੋਗ੍ਰਾਫਰ ਦਾ ਕੈਮਰਾ ਖੋਲਿਆ ਜਾਂਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਰਾਤ ਦੇ ਸਮੇਂ ਵੱਡੀ ਵਾਰਦਾਤ ਹੋਈ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਾਂ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ। ਤਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਕਾਰ ਤੇ ਹਮਲਾ ਕਰਕੇ ਪਹਿਲਾਂ ਤਾਂ ਕਾਰ ਭੰਨੀ ਗਈ ਤੇ ਫਿਰ ਇਸ ਫੋਟੋਗ੍ਰਾਫਰ ਦਾ ਕੈਮਰਾ ਵੀ ਲੁੱਟ ਲਿਆ ਗਿਆ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਭਾਰੀ ਹੋਇਆ ਕੁਛ ਨਹੀਂ, ਮੈਂ ਆਉਂਦਾ ਪਿਆ ਜੀ ਸ਼ੀਸ਼ਾ ਚੌਂਕ ਤੋਂ, ਮਾਲਪੁਰ ਅੱਡੇ ਪਹੁੰਚਾ ਹੀ ਹਾਂ। ਉਹਦੇ ਪਿੱਛੋਂ ਦੋਨੇ ਕੈਮਰੇ, ਜਾਣੀ ਕਿ ਪਿੱਛੋਂ ਸ਼ੀਸ਼ੇ 'ਤੇ ਉਹਨੀ ਮਾਰੀਆਂ ਇੱਟਾਂ ਦੋਨੇ ਪਾਸਿਓਂ, ਬੰਦੇ ਗਵਾਹ ਕੋਲ ਮੈਨੂੰ ਫੜਿਆ, ਗਲਿਓਂ ਫੜਿਆ, ਦੋਨੇ ਸਿੱਟਾਂ ਕੱਢੀਆਂ ਮੇਰੇ ਮਾਰਨ ਲੱਗੇ। ਮੈਂ ਕਿਹਾ ਆ ਜਾਓ ਇਕੱਲਾ ਇਕੱਲਾ, ਉਹਨੀ ਪਿੱਛੋਂ ਜਦ ਨੂੰ ਕੈਮਰਾ ਕੱਢ ਲਿਆ, ਮੇਰਾ 7000 ਕੈਮਰਾ ਸੀ ਮੇਰਾ ਲੈ ਗਏ ਚੋਰੀ ਕਰ ਲਿਆ। ਉਹ ਕੌਣ ਸੋਟ ਗਏ ਭਾਜੀ ਬੰਦੇ, ਇਹਨਾਂ ਦਾ ਮੈਨੂੰ ਨਹੀਂ ਪਤਾ ਕੌਣ ਆ, ਨੰਬਰ ਨੋਟ ਆ ਐਕਟਿਵਾ ਦਾ। ਐਕਟਿਵਾ 'ਤੇ ਸੀਗਾ ਕਿੰਨੇ ਜਣੇ ਸੀਗੇ? ਦੋ ਜਾਣੇ ਆ ਭਾਜੀ, ਮੇਰਾ ਸਮਾਨ ਬਾਕੀ ਵੇਚਾ, ਉਹ ਇੱਕ ਕੈਮਰਾ ਲੈ ਕੇ ਦੌੜ ਗਏ। ਤੁਸੀਂ ਕਿੰਨੇ ਜਣੇ ਸੀਗੇ? ਮੈਂ ਇਕੱਲਾ ਭਾਜੀ। ਤੁਹਾਡੇ ਕੋਈ ਵਾਕਫ ਹੋਣ ਬੰਦੇ? ਕੋਈ ਨਹੀਂ ਭਾਜੀ, ਆਹ ਗੁਆਂਢੀ ਮੇਰੇ ਜਾਣੀ ਕਿ ਵਾਕਫ ਨਹੀਂ ਹੈਗੇ, ਉਹ ਗੁਆਂਢੀ ਆਏ ਉਹਨੇ ਮੈਨੂੰ ਬਚਾਇਆ, ਉਹਨਾਂ ਨੂੰ ਪਤਾ। ਜਸਟ 5-7 ਮਿੰਟ ਪਹਿਲਾਂ ਸਾਨੂੰ ਖਬਰ ਮਿਲੀ ਕਿ ਮਾਲਪੁਰ ਅੱਡੇ ਨੇੜੇ ਤੁਸੀਂ ਗੱਡੀ ਦੇ ਵਿੱਚ ਕੋਈ ਨਾਮ ਲੜਕਿਆ ਨੇ ਗੱਡੀ ਦੇ ਸ਼ੀਸ਼ੇ ਵਿੱਚ ਇੱਟ ਮਾਰ ਕੇ ਅਤੇ ਉਹਦੇ ਵਿੱਚ ਪਿਆ ਜਿਹੜਾ ਕੈਮਰਾ ਵਿੱਚੋਂ ਚੱਕ ਕੇ ਭੱਜ ਗਏ ਨੇ। ਮੌਕੇ 'ਤੇ ਆਏ ਆ ਅਤੇ ਦੇਖਦੇ ਹਾਂ ਜੋ ਵੀ ਹੈਗਾ ਆ, ਉਹਦੇ CCTV ਕੈਮਰੇ ਲੱਗੇ ਆ ਅਤੇ ਉਹ ਖੁਗਾਲ ਕੇ ਤਾਂ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਊ। ਆਹ ਵੇਖੋ ਫੋਟੋਆਂ ਦੇ ਸ਼ੌਕੀਨ ਚੋਰ ਲੈ ਗਏ ਕੈਮਰਾ ਖੋਕੇ। ਵੇਖੋ ਕਿਵੇਂ ਭੰਨਤੀ ਫੋਟੋਗ੍ਰਾਫਰ ਦੀ ਕਾਰ, ਤਾਂ ਹੁਣ ਤਾਂ ਚੋਰਾਂ ਨੇ ਹੱਦ ਹੀ ਕਰ ਦਿੱਤੀ। ਜਿੱਥੇ ਚੋਰ ਅਕਸਰ ਪੈਸਿਆਂ ਅਤੇ ਗਹਿਣਿਆਂ ਦੀ ਲੁੱਟ ਕਰਦੇ ਤਾਂ ਸੁਣੇ ਹੋਣਗੇ, ਪਰ ਇਹ ਚੋਰ ਤਾਂ ਫੋਟੋਆਂ ਦੇ ਸ਼ੌਕੀਨ ਸੀ। ਜਿੱਥੇ ਇਹਨਾਂ ਦੇ ਵੱਲੋਂ ਫੋਟੋਗ੍ਰਾਫਰ ਦੀ ਕਾਰ ਦੇ ਉੱਤੇ ਹਮਲਾ ਕਰਕੇ ਉਸਦਾ ਕੈਮਰਾ ਹੀ ਲੁੱਟ ਲਿਆ ਗਿਆ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਪੁਲਿਸ ਹੁਣ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸਦੀ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਬੀਤੀ ਰਾਤ ਚੋਰਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ ਇਹ ਫੋਟੋਗ੍ਰਾਫਰ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕੁਝ ਸਕੂਟੀ ਸਵਾਰ ਲੁਟੇਰੇ ਆਉਂਦੇ ਨੇ ਤੇ ਇਹਨਾਂ ਦੀ ਕਾਰ ਦੇ ਸ਼ੀਸ਼ੇ ਭੰਨ ਦਿੰਦੇ ਨੇ ਤੇ ਹਮਲਾ ਕਰ ਦਿੰਦੇ ਨੇ ਇਹਨਾਂ ਦੇ ਉੱਤੇ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਫੋਟੋਗ੍ਰਾਫਰ ਦਾ ਕੈਮਰਾ ਖੋਲਿਆ ਜਾਂਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਰਾਤ ਦੇ ਸਮੇਂ ਵੱਡੀ ਵਾਰਦਾਤ ਹੋਈ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਾਂ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ। ਤਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਕਾਰ ਤੇ ਹਮਲਾ ਕਰਕੇ ਪਹਿਲਾਂ ਤਾਂ ਕਾਰ ਭੰਨੀ ਗਈ ਤੇ ਫਿਰ ਇਸ ਫੋਟੋਗ੍ਰਾਫਰ ਦਾ ਕੈਮਰਾ ਵੀ ਲੁੱਟ ਲਿਆ ਗਿਆ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਭਾਰੀ ਹੋਇਆ ਕੁਛ ਨਹੀਂ, ਮੈਂ ਆਉਂਦਾ ਪਿਆ ਜੀ ਸ਼ੀਸ਼ਾ ਚੌਂਕ ਤੋਂ, ਮਾਲਪੁਰ ਅੱਡੇ ਪਹੁੰਚਾ ਹੀ ਹਾਂ। ਉਹਦੇ ਪਿੱਛੋਂ ਦੋਨੇ ਕੈਮਰੇ, ਜਾਣੀ ਕਿ ਪਿੱਛੋਂ ਸ਼ੀਸ਼ੇ 'ਤੇ ਉਹਨੀ
ਮਾਰੀਆਂ ਇੱਟਾਂ ਦੋਨੇ ਪਾਸਿਓਂ, ਬੰਦੇ ਗਵਾ ਕੋਲ ਮੈਨੂੰ ਫੜਿਆ, ਗਲਿਓਂ ਫੜਿਆ, ਦੋਨੇ ਸਿੱਟਾਂ ਕੱਢੀਆਂ ਮੇਰੇ ਮਾਰਨ ਲੱਗੇ। ਮੈਂ ਕਿਹਾ ਆ ਜਾਓ ਇਕੱਲਾ ਇਕੱਲਾ, ਉਹਨੇ ਪਿੱਛੋਂ ਜਦ ਨੂੰ ਕੈਮਰਾ ਕੱਢ ਲਿਆ ਮੇਰਾ, 7000 ਕੈਮਰਾ ਸੀ ਮੇਰਾ, ਲੈ ਗਏ ਚੋਰੀ ਕਰ ਲਿਆ। ਉਹ ਕੌਣ ਸੋਟ ਗਏ ਭਾਜੀ ਬੰਦੇ, ਇਹਨਾਂ ਦਾ ਮੈਨੂੰ ਨਹੀਂ ਪਤਾ ਕੌਣ ਆ, ਨੰਬਰ ਨੋਟ ਆ ਐਕਟਿਵਾ ਦਾ। ਐਕਟਿਵਾ 'ਤੇ ਸੀਗਾ ਕਿੰਨੇ ਜਣੇ ਸੀਗੇ? ਦੋ ਜਣੇ ਆ ਭਾਜੀ, ਮੇਰਾ ਸਮਾਨ ਬਾਕੀ ਵੇਚਿਆ, ਉਹ ਇੱਕ ਕੈਮਰਾ ਲੈ ਕੇ ਦੌੜ ਗਏ। ਤੁਸੀਂ ਕਿੰਨੇ ਜਣੇ ਸੀਗੇ? ਮੈਂ ਇਕੱਲਾ ਭਾਜੀ। ਤੁਹਾਡੇ ਕੋਈ ਵਾਕਫ ਹੋਣ ਬੰਦੇ? ਕੋਈ ਕੋਈ ਨਹੀਂ ਭਾਜੀ, ਆਹ ਗੁਆਂਢੀ ਮੇਰੇ ਜਾਣੀ ਕਿ ਵਾਕਫ ਨਹੀਂ ਹੈਗੇ, ਉਹ ਗੁਆਂਢੀ ਆਏ, ਉਹਨੇ ਮੈਨੂੰ ਬਚਾਇਆ, ਉਹਨਾਂ ਨੂੰ ਪਤਾ। ਜਸਟ 5-7 ਮਿੰਟ ਪਹਿਲਾਂ ਸਾਨੂੰ ਖਬਰ ਮਿਲੀ ਕਿ ਮਾਲਪੁਰ ਅੱਡੇ ਨੇੜੇ ਤੁਸੀਂ ਗੱਡੀ ਦੇ ਵਿੱਚ ਕੋਈ ਨਾਮ ਦੋਵਾਂ ਲੜਕਿਆਂ ਨੇ ਗੱਡੀ ਦੇ ਸ਼ੀਸ਼ੇ ਵਿੱਚ ਇੱਟ ਮਾਰ ਕੇ ਅਤੇ ਉਹਦੇ ਵਿੱਚ ਪਿਆ ਜਿਹੜਾ ਕੈਮਰਾ ਵਿੱਚੋਂ ਚੱਕ ਕੇ ਭੱਜ ਗਏ ਨੇ। ਮੌਕੇ 'ਤੇ ਆਏ ਆ ਅਤੇ ਦੇਖਦੇ ਹਾਂ ਜੋ ਵੀ ਹੈਗਾ ਆ, ਉਹਦੇ CCTV ਕੈਮਰੇ ਲੱਗੇ ਆ ਅਤੇ ਉਹ ਖੁਗਾਲ ਕੇ ਤਾਂ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਉਹਨਾਂ ਖਿਲਾਫ਼ ਕਾਰਵਾਈ ਕੀਤੀ।